सूरत सीरत अते सुभा दी गल छड्डो ए मुहब्बत है जनाब आवाज़ दे नाल भी हो जाती है। ये गल बिल्कुल ढुकती है जी पिंड मूसे के वसनीक कुलवंत सिंह उर्फ कंता बारे जो कि काफ़ी दिनों तो सोशल मीडिया से बहुत ही वायरल हो रहे हैं तो उन्हों का यह जो गुण आ इस गुण का जोड़ा है वो मुल पाने वाला जौहरी अजे भी कितने नज़र नहीं आ रहा। साड़ी खुशकिस्मती यह आ कि कुलवंत सिंह जी साढ़े पिंड तो शीना बिधी चंद तो महज 11 किलोमीटर के वसे पिंड मूसे तो बिलोंग करते हैं। सो आप अज सारे उन्होंने मिलेंगे उन्होंने नाल गल्लां बातां करांगे कि किवें कुलवंत सिंह कंता जी जिहड़े ने वो यूट्यूब ते इन्ना जां सोशल मीडिया दे उत्ते इन्ना वायरल हो उस वेले द अनम्यूट चैनल के जोड़े रिपोर्टर से पत्रकार से चाह पी रहे उत्थे जो मेरे स्टाफ ने मेरे ड्राइवर कंडक्टर वीर ने कहा भी कंते कुछ अखबार पढ़ के सुना जो मैं दो खबर पढ़िया तो उदो बाद जिते कुदरती तौर पर जोड़े अनम्यूट चैनल के प्रेस रिपोर्टर से बहुत ही वधिया रिपोर्टर ने लंकेश तारिख जी उन्होंने मेरी आवाज़ सुनी उन्होंने आवाज़ सुन के मैं एकदम पूछा ਅਤੇ ਛੋਟੇ ਵੀਰ ਕਿਹੜਾ ਕੰਮ ਕਰਦਾ ਹੈ ਮੈਂ ਕਿਹਾ ਮੈਂ ਇੱਕ ਕਨੈਕਟਰੀ ਕਰਦਾ ਹੈ ਔਰਬਿਟ ਬੱਸ ਦੇ ਵਿੱਚ ਕਹਿੰਦੇ ਓਕੇ ਉਹਨਾਂ ਨੇ ਫਿਰ ਉਸ ਵੇਲੇ ਉੱਥੇ ਸਾਡੇ ਜਿਹੜੇ ਢਾਬਾ ਆ ਉਹ ਵੀਰੂ ਭਾਅ ਜੀ ਆ ਜਿਹੜੇ ਢਾਬੇ ਦੇ ਮਾਲਕ ਨੇ ਅਤੇ ਉਹਨਾਂ ਕੋਲੋਂ ਮੇਰਾ ਨੰਬਰ ਲੈ ਕੇ ਅਤੇ ਫਿਰ ਉਹਨਾਂ ਨੇ ਜੀ ਉਹ ਮੇਰੇ ਨਾਲ ਸੰਪਰਕ ਕੀਤਾ ਅਤੇ ਉਹ ਤੋਂ ਬਾਅਦ ਉਹਨਾਂ ਨੇ ਜਿਹੜੀ ਮੇਰੀ ਅਨਮਿਊਟ ਚੈਨਲ ਨੇ ਮੇਰੀ ਇੰਟਰਵਿਊ ਕੀਤੀ ਹੈ ਜੀ ਅਤੇ ਰਿਪੋਰਟਰ ਸੀ ਲੰਕੇਸ਼ ਤਾਰਿਖ ਜੀ ਬਹੁਤ ਵਧੀਆ ਪਿਆਰ ਵਾਲੇ ਜੀ ਅਤੇ ਕੁਲਵੰਤ ਜੀ ਚਲੋ ਉੱਥੇ ਜਿਹੜੀਆਂ ਖਬਰਾਂ ਪੜ੍ਹ ਰਹੇ ਸੀਗੇ ਜਾਂ ਜਿਹੜਾ ਨਿਊਜ਼ ਪੇਪਰ ਦੇ ਵਿੱਚ ਤੁਸੀਂ ਖਬਰਾਂ ਪੜ੍ਹ ਰਹੇ ਸੀਗੇ ਉਹ ਕਿਵੇਂ ਸੀਗੀਆਂ ਉਹ ਥੋੜ੍ਹਾ ਜਿਹਾ ਕੁਝ ਸਾਨੂੰ ਦੱਸੋ ਇੱਕ ਵਾਰੀ ਸਾਡੇ ਸਾਰੇ ਜਿਹੜੇ ਫੈਨਸ ਆ ਆਪਣੀ ਯੂਟਿਊਬ 'ਤੇ ਵੇਖਣ ਵਾਲੇ ਨੇ ਸਾਡੇ ਵਲੌਗ ਨੂੰ ਵੇਖਣ ਵਾਲੇ ਨੇ ਉਹਨਾਂ ਨੂੰ ਵੀ ਪਤਾ ਲੱਗੇ ਉਹ ਨਾ ਉਸ ਵੇਲੇ ਖਬਰ ਇੱਕ ਕੈਪਟਨ ਸਾਹਿਬ ਵੱਲੋਂ ਆਈ ਸੀ ਪੰਜਾਬ ਗਵਰਨਮੈਂਟ ਵੱਲੋਂ ਜਿਹੜੀ ਕੈਪਟਨ ਸਰਕਾਰ ਨੇ 15,000 ਤੋਂ ਸਗਨ ਸਿੰਘ ਵਧਾ ਕੇ 31,000 ਤੱਕ ਕੀਤੇ ਬਹੁਤ ਬਹੁਤ ਧੰਨਵਾਦ ਕੈਪਟਨ ਸਾਹਿਬ ਦਾ ਜਿਨ੍ਹਾਂ ਨੇ ਗਰੀਬਾਂ ਦੀਆਂ ਬੱਚੀਆਂ ਵਾਸਤੇ 15,000 ਤੋਂ ਵਧਾ ਕੇ 31,000 ਤੱਕ ਜਿਹੜੀ ਉਹ ਸ਼ਗਨ ਸਕੀਮ ਵਧਾਈ ਇਹ ਜਿਹੜੀ ਖਬਰ ਮੈਂ ਬੜੇ ਸੋਹਣੇ ਤਰੀਕੇ ਨਾਲ ਜਿਸ ਤਰ੍ਹਾਂ 7:30 ਵਾਲੀਆਂ ਖਬਰਾਂ ਵਿੱਚ ਰਮਨ ਕੁਮਾਰ ਜੀ ਤੁਸੀਂ ਪੜ੍ਹਦੇ ਸੁਣਿਆ ਸੀ ਉਹਨਾਂ ਵਾਂਗੂ ਪੜ੍ਹੀ ਅਤੇ ਉਹਨਾਂ ਨੇ ਇਸ ਚੀਜ਼ ਨੂੰ ਜਿਹੜਾ ਉਹ ਸਾਹਮਣੇ ਰੱਖਿਆ ਵੀ ਬੰਦੇ ਦੀ ਆਵਾਜ਼ ਜਿਹੜੀ ਉਹ ਬਹੁਤ ਸੋਹਣੀ ਹੈ ਅਤੇ ਉਸ ਚੀਜ਼ ਨੂੰ ਇਹ ਸਾਹਮਣੇ ਸੁਣ ਕੇ ਅਤੇ ਉਹਨਾਂ ਨੇ ਫਿਰ ਵੀਡੀਓ ਇੰਟਰਵਿਊ ਠੀਕ ਹੈ ਸਭ ਤੋਂ ਪਹਿਲਾਂ ਦੀ ਅਨਮਿਊਟ ਕਹਿ ਰਹੇ ਹਾਂ ਤੇ ਉਹਦੇ ਬਾਅਦ ਫਿਰ ਡੇਲੀ ਪੋਸਟ ਪੰਜਾਬੀ ਤੇ ਮੈਂ ਤੁਹਾਡੀ ਵੇਖ ਰਿਹਾ ਸੀ ਇੰਟਰਵਿਊ ਉਹ ਵੀ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਆ ਹਾਂਜੀ ਜਿਹੜਾ ਅਨਮਿਊਟ ਚੈਨਲ ਨੇ ਮੇਰੀ ਇੰਟਰਵਿਊ ਲਈ ਨਾ ਉਸੇ ਨੂੰ ਵੇਖ ਕੇ ਡੇਲੀ ਪੋਸਟ ਪੰਜਾਬੀ ਨੇ ਉਹਨੂੰ ਵਾਇਰਲ ਹੁੰਦਾ ਦੇਖ ਕੇ ਫਿਰ ਉਹ ਮੇਰੇ ਨਾਲ ਸੰਪਰਕ ਕੀਤਾ ਅਤੇ ਉਹਨਾਂ ਨੇ ਵੀ ਬੜੇ ਸੋਹਣੇ ਤਰੀਕੇ ਨਾਲ ਬੜੇ ਸੋਹਣੇ ਤਰੀਕੇ ਨਾਲ ਬੜੇ ਸੱਜੇ ਸੁਭਾਅ ਨਾਲ ਅਤੇ ਜਿਹੜੀ ਮੇਰੀ ਉਹਨੇ ਇੰਟਰਵਿਊ ਕੀਤੀ ਅਤੇ ਉਹ ਜਿਹੜੀ ਉਹ ਸਭ ਤੋਂ ਜ਼ਿਆਦਾ ਵਾਇਰਲ ਹੋਈ ਆ ਉਹਨਾਂ ਦੇ ਹਿਸਾਬ ਨਾਲ ਡੇਲੀ ਪੋਸਟ ਦੇ ਹਿਸਾਬ ਨਾਲ ਉਹ 10,00,000 ਦੇ ਕਰੀਬ ਜਿਹੜੀ ਬੰਦੇ ਨੇ ਉਹਨੂੰ ਦੇਖਿਆ ਜੀ ਓਕੇ ਜੀ ਅਤੇ ਕੁਲਵੰਤ ਸਿੰਘ ਜੀ ਚਲੋ ਕੰਡਕਟਰੀ ਕਰਦੇ ਹਾਂ ਜੀ ਹਾਂਜੀ ਚਲੋ ਸਮੇਂ ਦੇ ਜਿਹੜੇ ਉਹ ਹੈਗੇ ਆ ਹਾਲਾਤ ਜਾਂ ਘਰ ਦੇ ਹਾਲਾਤ ਆ ਉਹਨਾਂ ਨੂੰ ਵੇਖਦੇ ਹੋਏ ਆਪਾਂ ਨੂੰ ਕੰਡਕਟਰੀ ਕਰਨੀ ਪੈ ਰਹੀ ਹੈ ਜੀ ਚਲੋ ਅਸੀਂ ਇੱਕ ਕੋਈ ਪ੍ਰੋਫੈਸ਼ਨਲ ਨਿਊਜ਼ ਐਂਕਰ ਨਹੀਂ ਆ ਜਾਂ ਕੋਈ ਰਿਪੋਰਟਰ ਨਹੀਂ ਆ ਅਸੀਂ ਤਾਂ ਜਸਟ ਆਪਣੇ ਜਿਹੜੇ ਹੈਗੇ ਆ ਸਾਡੇ ਫਰੈਂਡ ਸਰਕਲ ਦੇ ਵਿੱਚ ਮੁੰਡੇ ਕੁੜੀਆਂ ਨੇ ਜਾਂ ਯਾਰ ਦੋਸਤ ਨੇ ਉਹਨਾਂ ਨੂੰ ਅਸੀਂ ਆਪਣੀ ਵਲੌਗਿੰਗ ਦਿਖਾ ਰਹੇ ਹਾਂ ਕੋਈ ਓਫੀਸ਼ੀਅਲੀ ਤੁਹਾਡੀ ਇੰਟਰਵਿਊ ਤਾਂ ਨਹੀਂ ਕਰ ਰਹੇ ਠੀਕ ਹੈ ਸਰ ਜਿਵੇਂ ਕਿ ਅਸੀਂ ਤੁਹਾਡੀਆਂ ਇੰਟਰਵਿਊਜ਼ ਵੇਖੀਆਂ ਨੇ ਉਹਦੇ ਵਿੱਚ ਤੁਸੀਂ ਇੱਕ ਕਮੇਡੀ ਖਬਰਾਂ ਜਿਹੜੀਆਂ ਉਹ ਸੁਣਾ ਰਹੇ ਸੀਗੇ ਕਿ ਡੱਡੂ ਵਾਲੀਆਂ ਨੇ ਹਾਂਜੀ ਹਾਂਜੀ ਉਹ ਸਾਨੂੰ ਇੱਕ ਵਾਰੀ ਸੁਣਾਓ ਸਾਡੇ ਪੂਰੇ ਜਿਹੜੇ ਫੈਨਸ ਨੇ ਨਾਲ ਜੀ ਨਾਸਤੇ ਜਿਹੜੀਆਂ ਜੀ ਅਨਮਿਊਟ ਚੈਨਲ ਨੇ ਖਬਰਾਂ ਮੇਰੀਆਂ ਹੋਰ ਸੀ ਐਂਡ ਡੇਲੀ ਪੋਸਟ ਦੇ ਵਿੱਚ ਹੋਰ ਸੀ ਇੱਕ ਓ ਐਨ ਆਰ ਜਿਹੜਾ ਚੈਨਲ ਆ ਆਰ
ਔਨ ਏਅਰ ਚੈਨਲ ਜੀ ਮੈਨੂੰ ਜ਼ਿਆਦਾ ਨਾਮ ਨਹੀਂ ਔਨ ਏਅਰ ਚੈਨਲ ਉਹਨੇ ਵੀ ਆਪਣੀ ਜਿਹੜੀ ਇੰਟਰਵਿਊ ਕੀਤੀ ਆ ਸਰ ਉਹ ਤੋਂ ਬਾਅਦ ਲਿਵਿੰਗ ਇੰਡੀਆ ਨੇ ਕੀਤੀ ਆ ਇੰਟਰਵਿਊ ਸਰ ਉਹ ਵੀ ਜਿਹੜੀਆਂ ਸਾਰੀਆਂ ਇਹ ਸੋਸ਼ਲ ਮੀਡੀਆ 'ਤੇ ਆਈਆਂ ਨੇ ਉਹਨਾਂ ਦੇ ਵਿੱਚ ਮੈਂ ਖਬਰਾਂ ਜਿਹੜੀਆਂ ਉਹ ਹੋਰ ਤਰੀਕੇ ਨਾਲ ਬੋਲੀਆਂ ਗਈਆਂ ਅਤੇ ਅੱਜ ਜਿਹੜੀਆਂ ਮੈਂ ਤੁਹਾਨੂੰ ਜਿਹੜੀਆਂ ਉਹ ਫੁੱਲ ਦੇ ਨਾਲ ਚੱਲ ਕੇ ਤੁਸੀਂ ਸਾਡੇ ਘਰ ਪਹੁੰਚੇ ਤੁਹਾਡਾ ਬਹੁਤ ਬਹੁਤ ਧੰਨਵਾਦ ਅਤੇ ਜਿਹੜਾ ਤੁਸੀਂ ਇੱਕ ਗਰੀਬ ਜਿਹੇ ਬੰਦੇ ਦੀ ਤੁਸੀਂ ਹੈਲਪ ਕਰ ਰਹੇ ਹੋ ਬਹੁਤ ਬਹੁਤ ਤੁਹਾਡਾ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਅਤੇ ਜਿਹੜੀਆਂ ਅੱਜ ਜਿਹੜੀਆਂ ਖਬਰਾਂ ਮੈਂ ਤੁਹਾਡੇ ਵਾਸਤੇ ਸਪੈਸ਼ਲ ਜਿਹੜੀਆਂ ਲਿਖੀਆਂ ਨੇ ਉਹ ਹੈਗੀਆਂ ਨੇ ਹੁਣ ਤੁਸੀਂ ਕੰਤੇ ਮੂਸੇਵਾਲੇ ਕੋਲੋਂ ਖਬਰਾਂ ਸੁਣੋ ਉਧਰ ਕੇਂਦਰ ਸਰਕਾਰ ਤੋਂ ਦੁਖੀ ਹੋ ਕੇ ਕੱਲ੍ਹ ਦੋ ਦੱਡੂਆਂ ਨੇ ਸੁੱਕੀ ਲਹਿਰ ਵਿੱਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ ਗਈ ਜਿਨ੍ਹਾਂ ਨੂੰ ਬਚਾਉਣ ਵਾਸਤੇ 7 ਗੋਤਾਖੋਰ ਅਤੇ 8 ਮਛੇਰਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਅਫਸੋਸ ਨਹੀਂ ਬਚ ਸਕੇ ਉਹਨਾਂ ਦੋਵਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢ ਕੇ ਧੁੱਪੇ ਸੁੱਕਣਾ ਪਾ ਦਿੱਤਾ ਗਿਆ ਅਤੇ ਆਮ ਜਨਤਾ ਅਤੇ ਪੰਜਾਬ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਇਹ ਖਬਰਾਂ ਤੁਸੀਂ ਕੁਲਵੰਤ ਸਿੰਘ ਕਾਂਤੀ ਦੇ ਘਰ ਤੋਂ ਸੁਣ ਰਹੇ ਹੋ ਖਬਰਾਂ ਸੁਣ ਲਈ ਤੁਹਾਡਾ ਧੰਨਵਾਦ ਤੁਸੀਂ ਵੇਖ ਲਿਆ ਜੀ ਸਾਰਿਆਂ ਨੇ ਕਿ ਕਿੰਨੀ ਸੋਹਣੀ ਆਵਾਜ਼ ਹੈ ਕੁਲਵੰਤ ਸਿੰਘ ਉਰਫ ਕੰਤਾ ਜੀ ਦੀ ਜੋ ਕਿ ਕਿਸੇ ਰੇਡੀਓ ਜੌਕੀ ਜਾਂ ਸਾਡੇ ਪੰਜਾਬੀ ਸਿਨੇਮੇ ਦੇ ਅਤੇ ਬਾਲੀਵੁੱਡ ਸਿਨੇਮੇ ਦੇ ਜਿਹੜੇ ਦਿੱਗਜ ਰਹਿ ਚੁੱਕੇ ਨੇ ਓਮ ਪੁਰੀ ਸਾਹਿਬ ਉਹਨਾਂ ਦੇ ਵਾਂਗ ਜਿਹੜੀ ਇਹਨਾਂ ਦੀ ਆਵਾਜ਼ ਜਿਹੜੀ ਆ ਉਹ ਮੈਨੂੰ ਤਾਂ ਸੁਣਨ ਦੇ ਵਿੱਚ ਕੋਈ ਫਰਕ ਨਹੀਂ ਲੱਗਦਾ ਜੇ ਤੁਹਾਨੂੰ ਲੱਗਦਾ ਹੋਇਆ ਤਾਂ ਕਮੈਂਟ ਜ਼ਰੂਰ ਕਰ ਦਿਓ ਹੈ ਅਤੇ ਕੰਤਾ ਜੀ ਕੋਈ ਇੱਦਾਂ ਦੀ ਜਿਵੇਂ ਕਿ ਓਮ ਪੁਰੀ ਸਾਹਿਬ ਕੋਈ ਡਾਇਲੋਗ ਬੋਲਦੇ ਸੀਗੇ ਜਾਂ ਕੋਈ ਹੋਰ ਹਵਾ ਨੇ ਗੱਲਾਂ ਕੀਤੀਆਂ ਵੀ ਹਵਾਏ ਬਹੁਤ ਸੋਹਣੇ ਸਵਾਨਾ ਚੱਲ ਕਿਉਂਕਿ ਮੇਰੇ ਪਾਤਸ਼ਾਹ ਅੱਜ ਸ਼੍ਰੀ ਮਾਛੀਵਾੜਾ ਸਾਹਿਬ ਦੇ ਵਿੱਚ ਪਹੁੰਚੇ ਨੇ ਜਿਸ ਤਰ੍ਹਾਂ ਇਸੇ ਆਵਾਜ਼ ਦੇ ਵਿੱਚ ਜੇ ਮੇਰੀ ਕਿਸੇ ਵੀ ਧਾਰਮਿਕ ਵੀਡੀਓ ਦੇ ਮਗਰ ਜਾਂ ਕਿਸੇ ਵੀ ਫਿਲਮ ਦੇ ਮਗਰ ਮੇਰੀ ਆਵਾਜ਼ ਲਗਾਈ ਜਾਵੇ ਜਾਂ ਕੋਈ ਵੀਡੀਓ ਡਾਇਰੈਕਟਰ ਜਾਂ ਕੋਈ ਪ੍ਰੋਡਿਊਸਰ ਜਾਂ ਕੋਈ ਮਿਊਜ਼ਿਕ ਡਾਇਰੈਕਟਰ ਕੋਈ ਸੁਣਦਾ ਹੋਵੇ ਤਾਂ ਮੇਰੀ ਆਵਾਜ਼ ਦੀ ਜਿਹੜੀ ਆ ਉਹ ਕਿਤੇ ਵੀ ਉਹਦੀ ਵਰਤੋਂ ਕਰ ਸਕਦਾ ਜੀ ਓਕੇ ਅਸੀਂ ਆਸ ਕਰਦੇ ਹਾਂ ਕੰਤਾ ਜੀ ਕਿ ਤੁਹਾਨੂੰ ਬਹੁਤ ਜਲਦੀ ਤੁਹਾਡੀ ਆਵਾਜ਼ ਦੀ ਜਿਹੜੀ ਹੈਗੀ ਆ ਉਹ ਪਰਖ ਕਰਨ ਵਾਲਾ ਜਿਹੜਾ ਜੌਰੀ ਆ ਬਹੁਤ ਜਲਦੀ ਹੀ ਤੁਹਾਨੂੰ ਮਿਲੇ ਅਤੇ ਆਸ ਕਰਦੇ ਹਾਂ ਕਿ ਤੁਸੀਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਿਓ ਅਤੇ ਇਹ ਜਿਹੜਾ ਗਰੀਬੀ ਚਲੋ ਕਹਿੰਦੇ ਨੇ ਕਿ ਪਰਮਾਤਮਾ ਦਿੰਦਾ ਹੈ ਅਤੇ ਉਹੀ ਕੱਟਦਾ ਹੈ ਕੋਈ ਗੱਲ ਅਤੇ ਸਾਡੀ ਜਿਹੜੀ ਗਰੀਬੀ ਆ ਉਹ ਬੜੀ ਜਲਦੀ ਜਿਹੜੀ ਹੈਗੀ ਆ ਉਹ ਦੂਰ ਹੋਵੇ ਠੀਕ ਅਤੇ ਤੁਸੀਂ ਅੱਛੇ ਮੁਕਾਮ 'ਤੇ ਪਹੁੰਚੋ ਅਤੇ ਇੱਕ ਚੀਜ਼ ਹੋਰ ਕਰਤਾ ਜੀ ਕਿ ਮੈਂ ਤੁਹਾਡੇ ਫੋਨ ਦੇ ਵਿੱਚ ਵੇਖ ਰਿਹਾ ਸੀ ਜਿਹੜੀਆਂ ਕਿ ਸਰਕਾਰ ਨੇ ਬੀਬੀਆਂ ਦਾ ਕਿਰਾਇਆ ਫ੍ਰੀ ਕਰ ਦਿੱਤਾ ਹੈ ਨਾ ਹਾਂਜੀ 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 ਉਹ ਕਿੱਦਾਂ ਆ ਥੋੜ੍ਹਾ ਸੁਣਾਓ ਉਹਦੇ ਵਿੱਚ ਜੀ ਮੈਂ ਮੇਰੇ ਸਟਾਫ ਡਰਾਈਵਰ ਕੰਡਕਟਰ ਨੇ ਮੈਨੂੰ ਕਹਿੰਦੇ ਵੀ ਕਾਂਤਾ ਜੀ ਬੱਸ ਦੇ ਵਿੱਚ ਬੈਠੇ ਸੀ ਮੈਨੂੰ ਕਹਿੰਦੇ ਕੁਝ ਸੁਣਾ ਮੈਂ ਕਿਹਾ ਜੀ 1 ਅਪ੍ਰੈਲ ਤੋਂ ਜਦ ਰੋਡਵੇਜ਼ ਦੀਆਂ ਬੱਸਾਂ ਕਾਊਂਟਰ 'ਤੇ ਲੱਗਣ ਗਈਆਂ ਬੰਦਿਆਂ ਨੂੰ ਤਾਂ ਜਗ੍ਹਾ ਨਹੀਂ ਮਿਲਣੀ ਬਸ ਬੀਬੀਆਂ ਬਾਰੀ 'ਚ ਵੱਜਣ ਗਈਆਂ ਕੈਪਟਨ ਸਾਹਿਬ ਦਾ ਆ ਗਿਆ ਆਰਡਰ ਜਿੱਥੇ ਮਰਜ਼ੀ ਵਾਂਡੇ ਜਾਣ ਇਹਨਾਂ ਦੀਆਂ ਟਿਕਟਾਂ ਕੋਈ ਨਹੀਂ ਲੱਗਣਗੀਆਂ ਇਹਨਾਂ ਦੀਆਂ ਟਿਕਟਾਂ ਕੋਈ ਨਹੀਂ ਲੱਗਣਗੀਆਂ ਇਹ ਉਸ ਵੇਲੇ ਮੈਂ ਮੌਕੇ 'ਤੇ ਬੋਲ ਕੇ ਜੇ ਆਪਣੇ ਡਰਾਈਵਰ ਤਾਂ ਇਹ ਖੁਸ਼ ਕੀਤਾ ਜੀ ਹਾਂਜੀ ਇੱਕ ਕਮੇਡੀ ਰੂਪ ਦੇ ਵਿੱਚ ਕਮੇਡੀ ਜੀ ਜੀ ਇੱਕ ਚੀਜ਼ ਹੋਰ ਹੈ ਦੋਸਤੋ ਕਿ ਕੁਲਵੰਤ ਸਿੰਘ ਜੀ ਕਾਫੀ ਲੰਮੇ ਸਮੇਂ ਤੋਂ ਸਾਡੇ ਨਾਲ ਕੰਟੈਕਟ ਦੇ ਵਿੱਚ ਹੈਗੇ ਨੇ ਅਤੇ ਸਾਡੇ ਬੜੇ ਪਿਆਰੇ ਮਿੱਤਰ ਨੇ ਅਤੇ ਜਦੋਂ ਅਸੀਂ ਇਹ ਚੀਜ਼ ਦੇਖੀ ਕਿ ਯੂਟਿਊਬ 'ਤੇ ਜਾਂ ਹੋਰ ਸੋਸ਼ਲ ਐਪਸ ਦੇ ਉੱਪਰ ਜਿਹੜਾ ਹੈਗਾ ਇਹਨਾਂ ਦੀਆਂ ਇੰਟਰਵਿਊਜ਼ ਵਾਇਰਲ ਹੋ ਰਹੀਆਂ ਨੇ ਅਤੇ ਅਸੀਂ ਸੋਚਿਆ ਕਿ ਯਾਰ ਸਾਡਾ ਜਿਹੜਾ ਹੈ ਉਹ ਇੱਕ ਪਰਿਵਾਰਕ ਮੈਂਬਰ ਹੋ ਕੇ ਅਤੇ ਆ ਰਿਹਾ ਹੈ ਅਤੇ ਕਿਉਂ ਨਾ ਅਸੀਂ ਇੱਕ ਅਲੱਗ ਤਰੀਕੇ ਨਾਲ ਤੁਹਾਨੂੰ ਜਿਹੜਾ ਹੈਗਾ ਉਹਨਾਂ ਨਾਲ ਮਿਲਾਇਆ ਜਾਵੇ ਅਤੇ ਉਹਨਾਂ ਦੇ ਘਰ ਦਾ ਜਿਹੜਾ ਹੈਗਾ ਆ ਪੂਰਾ ਮਾਹੌਲ ਵਿਖਾਇਆ ਜਾਵੇ ਆਪਾਂ ਅੱਜ ਪਿੰਡ ਮੂਸੇ ਆਏ ਹਾਂ ਸੋ ਇਹਨਾਂ ਦਾ ਵੀ ਸ਼ੁਕਰੀਆ ਕਰਦੇ ਹਾਂ ਕਿ ਇਹਨਾਂ ਨੇ ਸਾਡੇ ਨਾਲ ਗੱਲਾਂ ਬਾਤਾਂ ਕੀਤੀਆਂ ਹੈ ਅਤੇ ਹਾਸਾ ਮਜ਼ਾਕ ਕੀਤਾ ਹੈ ਅਤੇ ਇੱਕ ਚੀਜ਼ ਮੈਂ ਹੋਰ ਕੰਤਾ ਜੀ ਨੂੰ ਆਖਾਂਗਾ ਕਿ ਸਾਨੂੰ ਕੋਈ ਗੀਤ ਜਿਹੜਾ ਹੈ ਉਹ ਸੁਣਾਓ ਕਿਉਂਕਿ ਜਦੋਂ ਅਸੀਂ ਜਦੋਂ ਵੀ ਮਿਲਦੇ ਸੀਗੇ ਕਿਤੇ ਫ੍ਰੀ ਟਾਈਮ ਅਤੇ ਆਮ ਹੀ ਹਾਸਾ ਠੱਠਾ ਚੱਲਦਾ ਰਹਿੰਦਾ ਸੀਗਾ ਅਤੇ ਗੀਤ ਵੀ ਬੜੇ ਸੋਹਣੇ ਗਾਉਂਦੇ ਨੇ ਅਤੇ ਕੋਈ ਗੀਤ ਕੰਤਾ ਜੀ ਮੈਂ ਇੱਕ ਆਪਣੇ 'ਤੇ ਗੀਤ ਬਣਾਇਆ ਜੀ ਮੈਂ ਆਪਣੇ ਪਰਿਵਾਰ 'ਤੇ ਗੀਤ ਬਣਾਇਆ ਇਹ ਕਹਿੰਦਾ ਡਿਊਟ ਗੀਤ ਆ ਥੋੜ੍ਹਾ ਜਿਹਾ ਹੈ ਉਹ ਮੈਂ ਤੁਹਾਨੂੰ ਥੋੜ੍ਹਾ ਤੁਹਾਡਾ ਸਾਂਝਾ ਕਰਦਾ ਪਹਿਲਾਂ ਵੀ ਇੱਕ ਆਪਾਂ ਇੰਟਰਵਿਊ ਦੇ ਵਿੱਚ ਬੋਲਿਆ ਪਰ ਅੱਜ ਤੁਹਾਡੇ ਰਾਹੀਂ ਜਿਹੜਾ ਉਹ ਜਿਹੜਾ ਆਪਣੇ ਆਡੀਅੰਸ ਨੂੰ ਆਪਣੇ ਦੇਖਣ ਵਾਲੇ ਚਾਹੁਣ ਵਾਲੇ ਵੀਰਾਂ ਨੂੰ ਆਪਾਂ ਸੁਣਾ ਦਿੰਦੇ ਬਿਲਕੁਲ ਕੰਤਾ ਜੀ ਆਪਾਂ ਜੀ ਇੰਟਰਵਿਊ ਦੇ ਕਰ ਹੀ ਨਹੀਂ ਰਹੇ ਹਾਂਜੀ ਜੀ ਤੁਹਾਡਾ ਧੰਨਵਾਦ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਅੱਜ ਇੱਕ ਦਿਮਾਣੇ ਜਿਹੇ ਘਰ ਆਏ ਹੋ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਆਇਆਂ ਨੂੰ ਇਸੇ ਤਰ੍ਹਾਂ ਹੀ ਤੁਸੀਂ ਗੇੜੀ ਮਾਰਦੇ ਰਹੋ ਆਪਾਂ ਤੁਹਾਨੂੰ ਜਿੰਨਾ ਵੀ ਗਰੀਬੀ ਦਾ ਵੇਲਾ ਚਾਹ ਪਾਣੀ ਦਾ ਇੱਕ ਗੱਪਾਂ ਤੁਹਾਨੂੰ ਸਿਖਾਉਣੇ ਚਾਹਾਂਗੇ ਜੀ ਠੀਕ ਹੈ ਜੀ ਹਾਂਜੀ ਤੁਹਾਨੂੰ ਮੈਂ ਗੀਤ ਸੁਣਾ ਦਿੰਦਾ ਹਾਂਜੀ
ਹਾਏ ਕੰਧਾਂ ਨੂੰ ਤਾਂ ਕਲਰ ਲੱਗ ਗਿਆ, ਛੱਤਾਂ ਨੂੰ ਲੱਗ ਗਈ ਜਾਲਾ। ਕੰਧਾਂ ਨੂੰ ਤਾਂ ਕਲਰ ਲੱਗ ਗਿਆ, ਛੱਤਾਂ ਨੂੰ ਲੱਗ ਗਿਆ ਜਾਲਾ। ਆਕੜ ਤੇਰੀ ਦੇ ਵਿੱਚ ਨਾਉਣਾ ਕੁਬੇ ਨੀ ਤੇਰੇ ਮਾਹੀ ਦਾ ਤਵੇ ਤੋਂ ਰੰਗ ਕਾਲਾ। ਆਕੜ ਤੇਰੀ ਦੇ ਵਿੱਚ ਨਾਉਣਾ ਕੁਬੇ ਨੀ ਤੇਰੇ ਮਾਹੀ ਦਾ ਤਵੇ ਤੋਂ ਰੰਗ ਕਾਲਾ। ਉਰਲੇ ਖੂਹ ਤੇ ਕਣਕ ਤੋਰੀਆ ਨੀ ਪਰਲੇ ਖੂਹ ਤੇ ਬੇਰੀ, ਉਰਲੇ ਖੂਹ ਤੇ ਕਣਕ ਤੋਰੀਆ ਹਏ ਪਰਲੇ ਖੂਹ ਤੇ ਬੇਰੀ। ਯਾਰ ਦੀ ਨਾ ਮੇਰੇ ਕੋਲੇ ਨਿੰਦਿਆ ਕਰੋ ਨੀ ਮੇਰੇ ਯਾਰ ਦੇ ਸਾਹਾਂ ਚ ਜਿੰਦ ਮੇਰੀ। ਮਾਹੀ ਦੀ ਨਾ ਮੇਰੇ ਕੋਲੇ ਨਿੰਦਿਆ ਕਰੋ ਨੀ ਮੇਰੇ ਕੰਤੇ ਦੇ ਸਾਹਾਂ ਚ ਜਿੰਦ ਮੇਰੀ। ਇਹ ਜਿਹੜਾ ਗੀਤ ਮੈਂ ਆਪਣੇ ਤੇ ਲਿਖਿਆ ਸਰ, ਉਹ ਗੀਤ ਤੁਹਾਡੇ ਸਾਹਮਣੇ ਪੇਸ਼ ਕੀਤਾ ਜੀ। ਬਹੁਤ ਵਧੀਆ ਜੀ, ਅਤੇ ਬਾਕੀ ਚਲੋ ਆਪਾਂ ਵੀ ਸਾਰੇ ਇਹੀ ਅਰਦਾਸ ਕਰਦੇ ਹਾਂ ਕਿ ਸਾਡੇ ਤਰਨ ਤਾਰਨ ਡਿਸਟ੍ਰਿਕਟ ਦਾ, ਪਿੰਡ ਮੂਸੇ ਦਾ ਅਤੇ ਪੂਰੇ ਇਹ ਏਰੀਏ ਦਾ ਜਿਹੜਾ ਹੈ ਉਹ ਤੁਹਾਡੇ ਥਰੂ ਨਾਮ ਰੌਸ਼ਨ ਹੋਵੇ। ਜੇ ਇੱਕ ਗਰੀਬ ਜਿਹਾ ਬੰਦਾ, ਨਿਮਾਣਾ ਜਿਹਾ ਬੰਦਾ, ਇੱਕ ਕੰਡਕਟਰੀ ਕਰਦਾ ਇਨਸਾਨ ਜਿਹੜਾ ਹੈ ਉਹ ਕਿਸੇ ਵੱਡੇ ਮੁਕਾਮ 'ਤੇ ਪਹੁੰਚੇ, ਅਤੇ ਸਾਨੂੰ ਵੀ ਕੱਲ੍ਹ ਨੂੰ ਫਖਰ ਹੋਵੇ ਕਿ ਯਾਰ ਅਸੀਂ ਕੁਲਵੰਤ ਸਿੰਘ ਜੀ ਦੇ ਨਾਲ ਜਾ ਕੇ ਅਤੇ ਆਪਣਾ ਬਲੌਗ ਸ਼ੂਟ ਕੀਤਾ ਹੈ। ਧੰਨਵਾਦ ਤੁਹਾਡਾ, ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ ਤੁਹਾਡਾ ਜੀ। ਬਾਕੀ ਸਾਰੇ ਦੋਸਤਾਂ ਨੇ ਇਹ ਵਲੌਗ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਕਰਕੇ ਦੱਸਿਓ ਕਿ ਕੁਲਵੰਤ ਸਿੰਘ ਜੀ ਵੱਲੋਂ ਸੁਣਾਇਆ ਗਿਆ ਗਾਣਾ ਕਿ ਤੇਰੇ ਕੰਤੇ ਦਾ ਤਵੇ ਤੋਂ ਰੰਗ ਕਾਲਾ ਕਾਲਾ ਜੀ। ਹਾਂਜੀ ਹਾਂਜੀ, ਉਹ ਮੇਰਾ ਆਪਣਾ ਗੀਤ ਹੈ ਜੀ, ਮੈਂ ਆਪਣੇ ਦਿਲਾਇਆ, ਕਿਸੇ 'ਤੇ ਗੀਤ ਨਹੀਂ ਲੱਗਦਾ ਜੀ। ਅਤੇ ਸਾਰਿਆਂ ਨੇ ਕਮੈਂਟ ਕਰਕੇ ਦੱਸਣਾ ਕਿ ਕਿਵੇਂ ਦਾ ਲੱਗਾ, ਅਤੇ ਅੱਜ ਦੇ ਜਿਹੜਾ ਵਲੌਗ ਨੂੰ ਆਪਾਂ ਇੱਥੇ ਸਮਾਪਤ ਕਰਦੇ ਹਾਂ ਅਤੇ ਤੁਸੀਂ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰਿਓ, ਸਪੋਰਟ ਕਰਿਓ। ਅਤੇ ਦੂਜੇ ਨੰਬਰ 'ਤੇ ਆਪ ਸਭ ਦਾ ਜਿਹੜਾ ਅਸੀਂ ਪੀ ਜੀ ਸੌਂਗ ਰਿਲੀਜ਼ ਕੀਤਾ ਸੀਗਾ, ਆਪ ਸਭ ਵੱਲੋਂ ਬੜਾ ਸੋਹਣਾ ਰਿਸਪੋਂਸ ਆਇਆ ਹੈ, ਅਤੇ ਆਪਦਾ ਸਾਰਿਆਂ ਦਾ ਉਹ ਸੌਂਗ ਨੂੰ ਸ਼ੇਅਰ ਕਰਨ 'ਤੇ, ਸਪੋਰਟ ਕਰਨ 'ਤੇ ਬਹੁਤ ਬਹੁਤ ਧੰਨਵਾਦ। ਨਮਸਕਾਰ, ਧੰਨਵਾਦ ਜੀ। ਜੀ ਹਾਂ ਜੀ ਹਾਂ।